हेलो स्टूडेंट्स, की हाल चाल ने सारिआं दा। उम्मीद करदा कि तुसी सारे बहुत वधिया होवोगे। आपां अज जो टॉपिक लैके आए हैं वह है छोटे बच्चों लई, जो बच्चे किड्स है, जिहड़े बच्चे दूजी क्लास, तीजी क्लास, चौथी क्लास दे विच पढ़दे है जां पहली क्लास दे विच पढ़दे है। अज आपां उन्हां लई कुछ ना कुछ सम है जिहड़े उह करांगे। ਉਹਨਾਂ ਲਈ ਜਿਵੇਂ ਕਿ ਐਡੀਸ਼ਨ ਦੇ ਸਮ ਹੁੰਦੇ ਆ, ਸਬਟਰੈਕਟ ਦੇ ਸਮ ਹੁੰਦੇ ਆ, ਡਿਵਾਈਡ ਦੇ ਸਮ ਹੁੰਦੇ ਆ, ਮਲਟੀਪਲਾਈ ਦੇ ਸਮ ਹੁੰਦੇ ਆ। ਪੰਜਾਬੀ ਦੀ ਗੱਲ ਕਰੀਏ ਤਾਂ ਜੋੜ ਦੇ, ਘਟਾਓ ਦੇ, ਗੁਣਾ ਦੇ, ਭਾਗ ਦੇ, ਇਹ ਜਿਹੜੇ ਸਮ ਹੁੰਦੇ ਆ, ਇਹ ਸਮ ਦੀ ਅੱਜ ਕਲਾਸ ਹੈ ਜਿਹੜੀ ਉਹ ਮੈਂ ਲਗਾਊਂਗਾ, ਜਿਹਦੇ ਵਿੱਚ ਅੱਜ ਬੱਚਿਆਂ ਨੂੰ ਦੱਸਿਆ ਜਾਊਗਾ ਕਿ ਜੋੜ ਦੇ ਸਵਾਲ ਹੈ ਜਿਹੜੇ, ਐਡ ਦੇ ਜਿਹੜੇ ਸਮ ਹੈਗੇ ਆ ਉਹ ਕਿਸ ਤਰੀਕੇ ਦੇ ਨਾਲ ਕੀਤੇ ਜਾਂਦੇ ਆ, ਛੋਟੇ ਬੱਚੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਰ ਸਕਦੇ ਆ, ਸਿੱਖ ਸਕਦੇ ਆ, ਇੱਕ ਨੰਬਰ ਵਾਲੇ, ਦੋ ਨੰਬਰ ਵਾਲੇ, ਤਿੰਨ ਨੰਬਰ ਵਾਲੇ ਤੱਕ ਦੇ ਮੈਂ ਕੁਛ ਸਮ ਹੈ ਜਿਹੜੇ ਐਡ ਦੇ ਉਹ ਤੁਹਾਨੂੰ ਕਰਵਾਊਂਗਾ। ਠੀਕ ਹੈ, ਤਾਂ ਬੱਚਿਆਂ ਨੇ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਸਮ ਕਿਸ ਤਰ੍ਹਾਂ ਦੇ ਹੈ। ਜੇਕਰ ਤੁਹਾਨੂੰ ਮੇਰਾ ਪੜ੍ਹਾਉਣ ਦਾ ਤਰੀਕਾ ਵਧੀਆ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਵੱਧ ਤੋਂ ਵੱਧ ਅੱਗੇ ਆਪਦੇ ਦੋਸਤਾਂ ਨੂੰ ਵੀ ਦੱਸੋ। ਆਪਾਂ ਅੱਜ ਗੱਲ ਕਰਾਂਗੇ ਐਡੀਸ਼ਨ ਯਾਨੀ ਕਿ ਜੋੜ ਦੀ। ਇਹਦੇ ਵਿੱਚ ਕੀ ਹੈ ਵੀ ਛੋਟੇ ਬੱਚੇ ਆ ਜਿਹੜੇ, ਛੋਟੇ ਬੱਚਿਆਂ ਨੂੰ ਜਿਵੇਂ ਟੀਚਰਸ ਆ ਜਿਹੜਾ, ਕਿਉਂਕਿ ਬੱਚੇ ਦਾ ਲੈਵਲ ਘੱਟ ਹੁੰਦਾ, ਬੱਚੇ ਦਾ ਲੈਵਲ ਘੱਟ ਹੋਣ ਕਰਕੇ ਉਸ ਨੂੰ ਛੋਟਾ ਛੋਟਾ ਜੋੜ ਦਿੱਤਾ ਜਾਂਦਾ, ਜਿਵੇਂ 5 ਦਾ ਅਤੇ 4 ਦਾ, ਉਹਨੂੰ ਐਂ ਕਰਕੇ ਸਾਈਨ ਪਾਤਾ, ਇੱਥੇ ਉਸਨੂੰ ਲਾਈਨ ਮਾਰਤੀ, ਬੱਚੇ ਨੂੰ ਕਿਹਾ ਜਾਂਦਾ ਜੋੜ ਕਰੋ। ਪਰ ਬੱਚਾ ਜਿਹੜਾ ਹੈਗਾ ਉਹ ਜੋੜ ਕਰ ਨਹੀਂ ਪਾਉਂਦਾ, ਉਹ ਕਰਕੇ ਨਹੀਂ ਲਿਆਉਂਦਾ। ਤਾਂ ਇਸ ਦੇ ਲਈ ਕੀ ਹੈ ਬੇਟੇ, ਪਹਿਲਾਂ ਜਿਹੜਾ ਚੱਲਦਾ ਹੁੰਦਾ ਸੀ ਉਹ ਇੱਕ ਡੰਡੀ ਸਿਸਟਮ ਚੱਲਦਾ ਹੁੰਦਾ ਸੀਗਾ, ਬੱਚੇ ਨੂੰ ਸਮਝਾ ਦਿੱਤਾ ਜਾਂਦਾ ਸੀਗਾ ਕਿ ਬੇਟੇ ਆਹ ਕਿੰਨਾ ਪਾਇਆ 5, ਕਿਉਂਕਿ ਬੱਚਾ ਜਿਹੜਾ ਹੈਗਾ ਗਾ ਉਹ ਤਕਰੀਬਨ ਨਰਸਰੀ ਤੋਂ ਮਤਲਬ ਕਿ ਜਿਹੜੀ ਕਾਊਂਟਿੰਗ ਹੈ, ਗਿਣਤੀ ਹੈ ਜਿਹੜੀ, ਉਹ ਬੋਲਣੀ ਸਿੱਖ ਜਾਂਦਾ। ਤਾਂ ਉਹਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਸੀਗਾ ਕਿ ਬੇਟੇ ਇਹ ਕੀ ਚੀਜ਼ ਪਾਈ ਹੈ, 5 ਪਾਈ ਹੈ। ਤਾਂ ਉਹਨੂੰ 5, ਉਹਨੂੰ ਕਹੋ ਵੀ ਤੁਸੀਂ 5 ਲਾਈਨਸ ਜਿਹੜੀਆਂ ਹੈਗੀਆਂ ਉਹ ਮਤਲਬ ਕਿ ਡਰਾ ਕਰੋ, ਜਿਵੇਂ 1, 2, 3, 4, 5। ਉਸ ਤੋਂ ਬਾਅਦ ਬੱਚੇ ਨੂੰ ਸਮਝਾਓ ਵੀ ਜਿਹੜਾ 4 ਹੈ, ਠੀਕ ਹੈ, ਇਹ ਨੀਚੇ ਪਾਇਆ, ਤੇ ਤੁਸੀਂ ਇਸ ਦੇ ਨੀਚੇ ਹੀ 4 ਲਾਈਨਸ ਡਰਾ ਕਰੋ, 1, 2, 3, 4। ਜਦੋਂ ਆਪਾਂ ਉਹਨਾਂ ਨੂੰ ਪੂਰੀਆਂ ਲਾਈਨਾਂ ਡਰਾ ਕਰਵਾ ਲਈਆਂ, ਉੱਪਰਲੀਆਂ 5 ਸੀਗੀਆਂ ਉਹਨੂੰ 5 ਲਾਈਨਸ ਡਰਾ ਕਰਵਾ ਲਈਆਂ, ਨੀਚੇ 4 ਸੀਗੀਆਂ ਉਹਨੂੰ 4 ਲਾਈਨਸ ਡਰਾ ਕਰਵਾ ਲਈਆਂ, ਫਿਰ ਉਹਨੂੰ ਕਹੋ ਕਿ ਬੇਟਾ ਹੁਣ ਤੁਸੀਂ ਇਹਨੂੰ ਕਾਊਂਟਿੰਗ ਕਰੋ। ਤਾਂ ਉਹ ਕਾਊਂਟਿੰਗ ਕਰੇਗਾ, ਕਾਊਂਟਿੰਗ ਕਰਨ ਤੋਂ ਬਾਅਦ ਨਾਲ ਨਾਲ ਕੱਟ ਰਵੇ, 1, 2, 3, 4, 5, 6, 7, 8, 9। ਠੀਕ ਹੈ, ਤਾਂ ਉਹ ਬੱਚਾ ਆਟੋਮੈਟਿਕਲੀ ਹੀ ਉਸਨੂੰ ਕਹੋ ਵੀ 9 ਆ ਗਿਆ ਬੇਟਾ, 9 ਤੁਸੀਂ ਇੱਥੇ ਪਾ ਸਕਦੇ ਹੋ। ਇਸ ਤਰੀਕੇ ਦੇ ਨਾਲ ਛੋਟਾ ਬੱਚਾ ਕੋਈ ਵੀ ਸਮ ਸੋਲਵ ਕਰ ਸਕਦਾ। ਜਿਵੇਂ ਕਿ ਆਪਾਂ ਬੱਚੇ ਨੂੰ ਸਮ ਦੇ ਤਾ, 7 ਦੇ ਵਿੱਚ 3 ਐਡ ਕਰਨੇ ਆ, ਠੀਕ ਹੈ, ਥੱਲੇ ਆਪਾਂ ਲਾਈਨਸ ਦੇ ਦੀਆਂ। ਠੀਕ ਹੈ, ਹੁਣ ਬੱਚੇ ਨੂੰ ਦੱਸੋ ਕਿ ਬੇਟਾ ਤੁਸੀਂ 7 ਲਾਈਨਸ ਆ ਜਿਹੜੀਆਂ ਉਹ ਡਰਾ ਕਰਨੀਆਂ, 1, 2, 3, 4, 5, 6, 7। ਠੀਕ ਹੈ, 7 ਲਾਈਨਸ ਆ ਜਿਹੜੀਆਂ ਉਹ ਬੱਚਾ ਡਰਾ ਕਰ ਦੇਗਾ। ਉਸ ਤੋਂ ਬਾਅਦ ਬੱਚੇ ਨੂੰ ਦੱਸੋ ਕਿ 3 ਲਾਈਨਸ ਡਰਾ ਕਰਨੀਆਂ, 1, 2, 3। 3 ਲਾਈਨਸ ਡਰਾ ਕਰ ਦੇਗਾ। ਉਸ ਤੋਂ ਬਾਅਦ ਬੱਚੇ ਨੂੰ ਕਹੋ ਕਿ ਹੁਣ ਇਹ ਸਾਰੀਆਂ ਲਾਈਨਾਂ ਜਿਹੜੀਆਂ ਹੈਗੀਆਂ ਮੈਨੂੰ ਗਿਣ ਕੇ ਦੱਸ। ਤਾਂ ਉਹ ਬੱਚਾ ਕਾਊਂਟ ਕਰੇਗਾ, 1, 2, 3, 4, 5, 6, 7, 8, 9, 10। ਤਾਂ ਉਹਨੂੰ ਕਹੋ 10 ਤੇਰਾ ਆਂਸਰ ਆ ਗਿਆ, 10 ਦੇ ਨਾਲ ਇਸ ਜੋੜ ਹੋ ਜਾਂਦਾ, ਐਡੀਸ਼ਨ ਹੋ ਜਾਂਦਾ, ਤਾਂ 10 ਉਹ ਬੱਚਾ ਇੱਥੇ ਪਾ ਦੇਗਾ, ਸਮ ਉਸਦਾ ਸੋਲਵ ਹੋ ਜਾਏਗਾ। ਜੇਕਰ ਮੰਨ ਲਓ ਆਪਾਂ ਕਹਿ ਦਈਏ ਵੀ ਆਪਾਂ ਨੂੰ ਦੇਤਾ 6 ਤੇ 5 ਦੇਤਾ, ਠੀਕ ਹੈ, ਤਾਂ ਫਿਰ ਆਪਾਂ ਬੱਚੇ ਨੂੰ ਦੱਸਾਂਗੇ, ਇਹਨੂੰ ਮੰਨ ਲਓ ਆਪਾਂ ਐਡ ਕਰਵਾਉਣਾ ਦੱਸਣਾ ਹੈਗਾ। ਤਾਂ ਹੁਣ ਬੱਚੇ ਨੂੰ ਕਹੋ ਕਿ ਤੁਸੀਂ 6 ਲਾਈਨਸ ਡਰਾ ਕਰਨੀ ਹੈ, 1, 2, 3, 4, 5, 6। ਤਾਂ ਉਸ ਤੋਂ ਬਾਅਦ ਕੀ ਹੈ, ਥੱਲੇ 5 ਦਿੱਤਾ ਹੋਇਆ, ਤਾਂ ਆਪਾਂ ਬੱਚੇ ਤੋਂ 5 ਲਾਈਨਸ ਡਰਾ ਕਰਵਾਉਣੀ ਹੈ, 1, 2, 3, 4, 5। ਠੀਕ ਹੈ, ਹੁਣ ਬੱਚੇ ਨੂੰ ਕਹੋ ਕਿ ਇਹ ਸਾਰੀ ਕਾਊਂਟਿੰਗ ਹੈ ਜਿਹੜੀ ਉਹ ਮੈਨੂੰ ਕਰਕੇ ਦੱਸਿਆ ਜਾਵੇ। ਤਾਂ ਬੱਚਾ ਕਾਊਂਟ ਕਰੇਗਾ, 1, 2, 3, 4, 5, 6, 7, 8, 9, 10, 11। ਠੀਕ ਹੈ, ਤਾਂ ਉਹ ਬੱਚੇ ਨੂੰ ਦੱਸੋ ਵੀ 11 ਆ ਹੁੰਦਾ,
ਇਸ ਤਰੀਕੇ ਨਾਲ ਪੈਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਬੱਚਾ ਜਿਹੜਾ ਹੈਗਾ ਉਹ ਜੋੜ ਦਾ ਸਮ ਹੈ ਜਿਹੜਾ ਐਡੀਸ਼ਨ ਦਾ ਸਮ ਹੈ ਜਿਹੜਾ ਉਹ ਕਰਨਾ ਸਿੱਖ ਸਕਦਾ ਹੈ। ਆਪਾਂ ਕੋਈ ਹੋਰ ਉਦਾਹਰਣ ਲੈਂਦੇ ਹਾਂ, ਜਿਵੇਂ ਬੱਚੇ ਨੂੰ ਆਪਾਂ ਪਾਤਾ 3 8, ਠੀਕ ਹੈ। ਤਾਂ ਹੁਣ ਆਪਾਂ ਬੱਚੇ ਨੂੰ ਦੱਸਾਂਗੇ ਕਿ ਬੇਟੇ 3 ਲਾਈਨਸ ਡਰਾ ਕਰੋ, 1 2 3। 8 ਹੈ ਤਾਂ 8 ਲਾਈਨਸ ਡਰਾ ਕਰੋ, 1 2 3 4 5 6 7 8। ਹੁਣ ਬੱਚੇ ਨੂੰ ਕਹੋ ਕਿ ਇਸ ਨੂੰ ਪੂਰੀ ਕਾਊਂਟਿੰਗ ਕਰੇ, ਤਾਂ ਉਹ ਜਦੋਂ ਬੱਚਾ ਬੈਠਾ ਹੋਏਗਾ ਉਹਨੂੰ ਪੂਰੀ ਕਾਊਂਟਿੰਗ ਕਰੇਗਾ ਤਾਂ ਉਹ ਕਰੇਗਾ 1 2 3 4 5 6 7 8 9 10 11, ਠੀਕ ਹੈ। ਤਾਂ 11 ਬੱਚੇ ਤੋਂ ਉਰੇ ਪਵਾ ਦਿਓ, ਉਸਦਾ ਇਹ ਸਮ ਜਿਹੜਾ ਇਹ ਕੰਪਲੀਟ ਹੋ ਜਾਏਗਾ। ਪੇਰੈਂਟਸ ਨੂੰ ਰਿਕੁਐਸਟ ਹੈ ਕਿ ਜੋ ਵੀ ਬੱਚੇ ਨੂੰ ਆਪਦੇ ਬੱਚੇ ਨੂੰ ਸਮ ਕਰਵਾਉਣਗੇ ਉਹਨਾਂ ਨੂੰ ਕਹੋ ਕਿ ਇਹ ਲਾਈਨਸ ਹੈ ਜਿਹੜੀਆਂ ਇਹ ਕੱਟਣੀਆਂ ਜ਼ਰੂਰ ਹੈ, ਸਿੱਧੀਆਂ ਨਹੀਂ ਗਿਣਨੀਆਂ। ਕਿ ਲਾਈਕ ਦੈਟ ਅਸੀਂ ਬੱਚੇ ਨੂੰ ਇਸ ਤਰੀਕੇ ਦੇ ਨਾਲ 3 ਲਾਈਨਸ ਲਵਾ ਦਿੰਦੇ ਹਾਂ। ਉਸ ਤੋਂ ਬਾਅਦ ਨੀਚੇ ਅਸੀਂ 1 2 3 4 5 6 7 8 ਲਾਈਨਸ ਲਵਾ ਦਿੱਤੀ, ਤਾਂ ਅਸੀਂ ਬੱਚੇ ਨੂੰ ਕਹੀਏ ਵੀ ਕਾਊਂਟਿੰਗ ਕਰਕੇ ਦੱਸੋ, ਠੀਕ ਹੈ। ਆਪਾਂ ਕਟਵਾਉਂਦੇ ਨਹੀਂ, ਤਾਂ ਕਈ ਵਾਰੀ ਕਿਉਂਕਿ ਬੱਚਾ ਛੋਟਾ ਹੁੰਦਾ, ਛੋਟੇ ਲੈਵਲ ਦਾ ਹੁੰਦਾ ਹੈਗਾ, ਬੱਚੇ ਦਾ ਮਾਈਂਡ ਸੈਟਅਪ ਐਡਾ ਵੱਡਾ ਨਹੀਂ ਹੁੰਦਾ ਹੈਗਾ। ਕਈ ਵਾਰੀ ਬੱਚਾ ਕੀ ਕਰਦਾ, ਕਾਊਂਟ ਕਰੇਗਾ 1 2 3 4 5 6 7 8 9 10, ਤਾਂ ਉਹ ਕਈ ਵਾਰੀ ਇੱਕ ਲਾਈਨ ਹੈ ਜਿਹੜੀ ਉਹ ਮਿਸ ਕਰ ਜਾਂਦਾ, ਤਾਂ ਉਹ 10 ਆਂਸਰ ਬਣਾਏਗਾ, ਜਿਸ ਕਰਕੇ ਉਸ ਬੱਚੇ ਦੇ ਦਿਮਾਗ ਦੇ ਵਿੱਚ ਗਲਤ ਚੀਜ਼ ਹੈ ਜਿਹੜੀ ਉਹ ਛਪਦੀ ਜਾਏਗੀ। ਤਾਂ ਪਲੀਜ਼ ਬੱਚੇ ਨੂੰ ਜਦੋਂ ਵੀ ਤੁਸੀਂ ਸਮ ਕਰਵਾਉਣੇ ਆ ਇਸ ਤਰੀਕੇ ਦੇ ਨਾਲ, ਉਸ ਨੂੰ ਕਹੋ ਕਿ ਲਾਈਨਸ ਕੱਟਣੀ ਹੈ 1 2 3 4 5 6 7 8 9 10 11, ਤਾਂ ਜੋ ਜੇ ਲਾਸਟ ਦੇ ਵਿੱਚ ਬੱਚਾ ਗਾਂਹ ਜਾ ਕੇ ਆਪਾਂ ਨੂੰ ਗਲਤ ਜਵਾਬ ਵੀ ਬੋਲਦਾ, ਤਾਂ ਆਪਾਂ ਉਹਨੂੰ ਦੱਸ ਸਕਾਂਗੇ ਬੇਟਾ ਵੀ ਤੁਸੀਂ ਆਹ ਲਾਈਨ ਹੈ ਜਿਹੜੀ ਇਹ ਕੱਟ ਆਫ ਨਹੀਂ ਕੀਤੀ, ਤਾਂ ਕਰਕੇ ਤੁਹਾਡਾ ਆਂਸਰ ਹੈ ਜਿਹੜਾ ਉਹ ਗਲਤ ਹੈ, ਠੀਕ ਹੈ। ਤਾਂ ਆਪਾਂ ਕੁਛ ਹੋਰ ਸਮ ਕਰਦੇ ਹਾਂ, ਜਿਵੇਂ ਮੰਨ ਲਓ ਆਪਾਂ ਜੋੜ ਦਿੰਦੇ ਹੈਗੇ ਆ 9 ਦੇ ਵਿੱਚ 3, ਠੀਕ ਹੈ। ਤਾਂ ਹੁਣ ਆਪਾਂ ਇੱਥੇ ਬੱਚੇ ਨੂੰ ਦੱਸਾਂਗੇ ਕਿ 9 ਲਾਈਨਸ ਹੈ ਜਿਹੜੀਆਂ ਉਹ ਡਰਾ ਕਰਨੀਆਂ, 1 2 3 4 5 6 7 8 9, ਠੀਕ ਹੈ। ਉਸ ਤੋਂ ਬਾਅਦ ਆਪਾਂ ਬੱਚੇ ਨੂੰ ਦੱਸਾਂਗੇ 3 ਲਾਈਨਸ ਡਰਾ ਕਰਨੀਆਂ, 1 2 3। ਉਸ ਤੋਂ ਬਾਅਦ ਆਪਾਂ ਬੱਚੇ ਨੂੰ ਕਹਾਂਗੇ ਇਹਨੂੰ ਪੂਰੀ ਲਾਈਨਸ ਨੂੰ ਕਾਊਂਟ ਕਰੋ ਤੇ ਹਰੇਕ ਲਾਈਨ ਨੂੰ ਕੱਟ ਆਫ ਵੀ ਕਰੋ, 1 2 3 4 5 6 7 8 9 10 11 12। ਤਾਂ ਬੱਚੇ ਨੂੰ ਉਰੇ 12 ਪਵਾ ਦਿਓ, ਉਸਦਾ ਇਹ ਸਮ ਜਿਹੜਾ ਇਹ ਕੰਪਲੀਟ ਹੋ ਜਾਏਗਾ। ਜਿਵੇਂ ਮੰਨ ਲਓ ਆਪਾਂ ਬੱਚੇ ਨੂੰ ਕਰਵਾਉਂਦੇ ਹੈਗੇ ਹਾਂ 5 ਤੇ 3 ਦਾ ਐਡ, ਠੀਕ ਹੈ। 5 ਤੇ 3 ਦਾ ਐਡੀਸ਼ਨ ਕਰਵਾਉਣਾ, ਤਾਂ ਆਪਾਂ ਬੱਚੇ ਨੂੰ ਕਹਾਂਗੇ 1 2 3 4 5, 5 ਲਾਈਨਸ ਬੱਚੇ ਨੇ ਡਰਾ ਕਰਤੀ, ਉਸ ਤੋਂ ਬਾਅਦ 3 ਲਾਈਨਸ ਡਰਾ ਕਰਾਵਾਂਗੇ, 1 2 3, 3 ਲਾਈਨਸ ਡਰਾ ਕਰਤੀ, ਉਸ ਤੋਂ ਬਾਅਦ ਕੀ ਇਹਨੂੰ ਕਟਵਾਵਾਂਗੇ, 1 2 3 4 5 6 7 8, ਤਾਂ ਬੱਚੇ ਨੂੰ ਇੱਥੇ 8 ਪਵਾ ਦਿਓ, ਤਾਂ ਬੱਚੇ ਦਾ ਜਿਹੜਾ ਐਡੀਸ਼ਨ ਦਾ ਸਮ ਹੈ ਉਹ ਕੰਪਲੀਟ ਹੋ ਜਾਏਗਾ। ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਬੱਚਾ ਹੈ ਉਹ ਜਲਦੀ ਮਤਲਬ ਕਿ ਐਡੀਸ਼ਨ ਕਰਨੀ ਹੈ ਜਿਹੜੀ ਉਹ ਸਿੱਖ ਸਕਦਾ। ਜੇਕਰ ਤੁਹਾਨੂੰ ਮੇਰਾ ਇਹ ਤਰੀਕਾ ਪੜ੍ਹਾਉਣ ਦਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸੇ ਤਰ੍ਹਾਂ ਹੀ ਛੋਟੇ ਬੱਚਿਆਂ ਨਾਲ ਸੰਬੰਧਿਤ ਹੋਰ ਵੀਡੀਓਜ਼ ਆ ਜਿਹੜੀਆਂ ਉਹ ਮੈਂ ਪਾਉਂਦਾ ਰਹੂੰਗਾ। ਹੁਣ ਆਪਾਂ ਕਰਦੇ ਹਾਂ 2 ਨੰਬਰ ਦਾ ਐਡੀਸ਼ਨ, ਠੀਕ ਹੈ। 2 ਨੰਬਰਾਂ ਦੇ ਵਿੱਚ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਸਮ ਆਉਣ ਲੱਗ ਜਾਏਗਾ, ਠੀਕ ਹੈ। ਜਦੋਂ ਇੱਥੇ 2 ਪਾਇਆ ਹੋਇਆ ਤਾਂ ਬੱਚੇ ਨੂੰ ਕਹੋ 2 ਲਾਈਨਸ ਡਰਾ ਕਰਨੀਆਂ, ਜਦੋਂ ਇੱਥੇ 5 ਪਾਇਆ ਹੋਇਆ ਤਾਂ ਬੱਚੇ ਨੂੰ ਕਹੋ 5 ਲਾਈਨਸ ਡਰਾ ਕਰਨੀਆਂ, 1 2 3 4 5। ਉਸ ਤੋਂ ਬਾਅਦ ਬੱਚੇ ਨੂੰ ਕਹੋ ਕਿ ਇਸ ਜੋ ਲਾਈਨਸ ਡਰਾ ਕੀਤੀਆਂ ਤੁਸੀਂ ਉਹ ਲਾਈਨਸ ਆ ਜਿਹੜੀਆਂ ਉਹਨਾਂ ਨੂੰ ਕੱਟ ਆਫ ਕਰੋ, ਤਾਂ 1 2 3 4 5 6 7। ਬੱਚਾ ਜਦੋਂ ਲਾਈਨਸ ਕੱਟ ਦੇਗਾ ਬੱਚੇ ਨੂੰ ਕਹੋ 7 ਬੇਟਾ ਤੁਸੀਂ ਇਧਰਲੀਆਂ ਪਾਣੀਆਂ, ਤਾਂ ਜਿਹੜਾ ਇਧਰਲੇ ਪਾਸੇ ਅੱਖਰ ਹੈ ਉਸ ਨੂੰ ਤੁਸੀਂ 1 ਹੈ 1 ਡਰਾ ਕਰ ਦਿਓ, 1 ਹੈ 1 ਡਰਾ ਕਰ ਦਿਓ, ਤਾਂ 1 1 2, ਤਾਂ ਬੱਚੇ ਨੂੰ ਕਹਿੰਦਾ ਇੱਥੇ 2 ਆਏਗਾ। ਇਸ ਤਰੀਕੇ ਦੇ ਨਾਲ ਬੱਚਾ ਜਿਹੜਾ ਹੈਗਾ ਆਪਣਾ ਉਹ ਡਬਲ ਨੰਬਰ ਨੂੰ ਐਡੀਸ਼ਨ ਕਰ ਸਕਦਾ ਹੈ। ਜਿਵੇਂ ਮੰਨ ਲਓ ਆਪਾਂ ਕਹਿ ਦਈਏ ਕਿ ਆਪਣੇ ਨੇ ਦਿੱਤਾ 15 plus 17, ਠੀਕ ਹੈ, 2 ਐਡੀਸ਼ਨ ਦੇ ਤੇ, ਠੀਕ ਹੈ। ਤਾਂ ਆਪਾਂ ਕੀ ਕਰਾਂਗੇ 5 5 ਬੱਚੇ ਨੂੰ ਲਾਈਨਸ ਡਰਾ ਕਰਵਾਵਾਂਗੇ, 1 2 3 4 5। ਉਸ ਤੋਂ ਬਾਅਦ 7 ਲਾਈਨਸ, 1 2 3 4 5 6 7, 7 ਲਾਈਨਸ ਆਪਾਂ ਡਰਾ ਕਰਵਾ ਲਈਆਂ। ਹੁਣ ਬੱਚੇ ਨੂੰ ਕਹੋ ਕਿ ਬੇਟਾ ਇਸ ਨੂੰ ਕਾਊਂਟਿੰਗ ਕਰਕੇ ਕੱਟੋ ਵੀ, ਠੀਕ ਹੈ। 1
2 3 4 5 6 7 8 9 10 11 12 12 ਆ ਗਿਆ ਹੁਣ ਬੱਚੇ ਨੂੰ ਤੁਸੀਂ ਦੱਸਣਾ ਕਿ ਬੇਟਾ ਇੱਥੇ 12 ਪੂਰਾ ਨਹੀਂ ਲਗਾਣਾ 12 ਕਿਵੇਂ ਪੈਂਦਾ 12 ਇਸ ਤਰੀਕੇ ਦੇ ਨਾਲ ਪੈਂਦਾ ਤਾਂ ਤੁਸੀਂ ਇੱਥੇ 2 ਲਗਾ ਲਓ ਜਿਹੜਾ 1 ਹੈ 1 ਕੈਰੀ ਹੋਏਗਾ ਕੈਰੀ ਤੁਸੀਂ ਉਰੇ ਉੱਪਰ ਲਗਾਣਾ ਠੀਕ ਹੈ ਕੈਰੀ ਹਮੇਸ਼ਾ ਉੱਪਰ ਲਗਵਾਓ ਬੱਚੇ ਨੂੰ ਤੁਸੀਂ ਸਮਝਾਉਣਾ ਵੀ ਹੋਏਗਾ ਬੱਚਾ ਵੀਡੀਓ ਦੇਖ ਕੇ ਕੈਚ ਅਪ ਨਹੀਂ ਕਰੇਗਾ ਤੁਹਾਨੂੰ ਵੀ ਥੋੜਾ ਬੱਚੇ ਦੇ ਉੱਤੇ ਟਾਈਮ ਦੇਣਾ ਪਏਗਾ ਤਾਂ ਹੁਣ ਆਪਣੇ ਕੋਲ ਕਿੰਨੇ ਬਣ ਗਏ 1 2 3 ਠੀਕ ਹੈ ਤਾਂ ਆਪਾਂ ਬੱਚੇ ਨੂੰ 1 ਲਾਈਨ ਮਰਵਾ ਲਈ ਇੱਥੇ ਕਿੰਨਾ 1 1 ਲਾਈਨ ਮਰਵਾ ਲਈ ਇੱਥੇ ਕਿੰਨਾ 1 1 ਲਾਈਨ ਮਰਵਾ ਲਈ ਹੁਣ ਬੱਚੇ ਨੂੰ ਕਾਊਂਟ ਕਰੋ 1 2 3 ਤਾਂ ਇੱਥੇ ਬੱਚੇ ਤੋਂ 3 ਆਪਾਂ ਪਵਾ ਸਕਦੇ ਹਾਂ ਤਾਂ ਬੱਚੇ ਦਾ ਇਹ ਸਮ ਹੈ ਜਿਹੜਾ ਇਹ ਕੰਪਲੀਟ ਹੋ ਸਕਦਾ ਹੈ ਠੀਕ ਹੈ ਥੋੜਾ ਜਿਹਾ ਪੇਰੈਂਟਸ ਨੂੰ ਵੀ ਧਿਆਨ ਦੇਣਾ ਪਏਗਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਵੀਡੀਓ ਦਿਖਾ ਕੇ ਹੀ ਬੱਚਾ ਜਿਹੜਾ ਹੈਗਾ ਉਹ ਪ੍ਰੋਪਰ ਸਿੱਖ ਸਕਦਾ ਹੈਗਾ ਠੀਕ ਹੈ ਤਾਂ ਜਿਵੇਂ ਹੁਣ ਮੰਨ ਲਓ ਆਪਾਂ ਐਡ ਕਰਵਾ ਐਡੀਸ਼ਨ ਕਰਵਾਈਏ 18 ਦਾ ਤੇ 27 ਦਾ ਠੀਕ ਹੈ ਇਹਦਾ ਆਪਾਂ ਐਡੀਸ਼ਨ ਕਰਵਾਉਂਦੇ ਹਾਂ ਤਾਂ ਬੱਚੇ ਨੂੰ ਆਪਾਂ ਦੱਸਾਂਗੇ ਕਿ ਇੱਥੇ 8 ਹੈ ਤਾਂ 8 ਲਾਈਨਸ ਮਾਰਾਂਗੇ 1 2 3 4 5 6 7 8 ਉਸ ਤੋਂ ਬਾਅਦ 7 ਹੈ 7 ਲਾਈਨਸ ਮਾਰਾਂਗੇ 1 2 3 4 5 6 7 ਤਾਂ ਉਸ ਤੋਂ ਬਾਅਦ ਆਪਾਂ ਬੱਚੇ ਨੂੰ ਇਹਨੂੰ ਕਵਾਂਗੇ ਕਿ ਉਸ ਨੂੰ ਕਾਊਂਟਿੰਗ ਕਰੇ ਤਾਂ ਕਾਊਂਟਿੰਗ ਮੈਂ ਤੁਹਾਨੂੰ ਦੱਸਿਆ ਕਿ ਬੱਚੇ ਤੋਂ ਕੱਟ ਆਫ ਕਰਵਾ ਕੇ ਹੀ ਕਰਵਾਉਣੀ ਹੈਗੀ ਹੈ 1 2 3 4 5 6 7 8 9 10 11 12 13 14 15 ਠੀਕ ਹੈ 15 ਹੈ ਜਿਹੜਾ ਉਹ 15 ਆ ਜਾਏਗਾ 15 ਇਸ ਤਰੀਕੇ ਦੇ ਨਾਲ ਪੈਂਦਾ ਬੱਚੇ ਨੂੰ ਆਪਣੇ ਨੂੰ ਪਤਾ ਹੁੰਦਾ ਕਿਉਂਕਿ ਬੱਚਾ ਨਰਸਰੀ ਲੈਵਲ ਦੇ ਵਿੱਚ 50 ਤੱਕ ਜਾਂ 100 ਤੱਕ ਕਾਊਂਟਿੰਗ ਸਿੱਖ ਜਾਂਦਾ ਹੁੰਦਾ ਹੈਗਾ ਨਰਸਰੀ ਜਾਂ ਐਲਕੇਜੀ ਤੱਕ ਤਾਂ ਇਹ ਜਿਹੜੀ ਕਲਾਸ ਹੈ ਇਹ ਕਲਾਸ ਹੈਗੀ ਹੈ ਪਹਿਲੀ ਦੂਜੀ ਤੀਜੀ ਦੇ ਬੱਚਿਆਂ ਦੇ ਲਈ ਤਾਂ 15 ਇਸ ਤਰੀਕੇ ਦੇ ਨਾਲ 15 ਦਾ ਬੱਚੇ ਨੂੰ 5 ਪਵਾ ਲਓ ਤਾਂ ਉਸ ਤੋਂ ਬਾਅਦ ਜਿਹੜਾ ਇਹ 1 ਹੈ 1 ਬੱਚੇ ਨੂੰ ਕੈਰੀ ਕਹੋ ਕੈਰੀ ਬੱਚੇ ਨੂੰ ਉਰੇ ਲਗਾਉਣਾ ਸਿਖਾਓ ਉਸ ਤੋਂ ਬਾਅਦ ਬੱਚੇ ਨੂੰ ਦੱਸੋ ਕਿ ਤੁਸੀਂ ਹੁਣ ਇਹ ਲਾਈਨਸ ਡਰਾ ਕਰਨੀਆਂ ਜਿਵੇਂ ਉੱਪਰ 1 ਬਚ ਗਿਆ 1 ਲਾਈਨਸ ਡਰਾ ਕਰ ਲਓ 18 ਦੇ ਅੱਗੇ 1 ਲੱਗਿਆ ਹੋਇਆ 1 ਲਾਈਨਸ ਡਰਾ ਕਰ ਲਓ 7 ਦੇ ਅੱਗੇ 2 ਲੱਗਿਆ ਹੋਇਆ 2 ਲਾਈਨਸ ਡਰਾ ਕਰ ਲਓ ਤਾਂ ਹੁਣ ਬੱਚੇ ਨੂੰ ਕਹੋ ਕਿ ਇਸ ਨੂੰ ਕਾਊਂਟਿੰਗ ਕਰੇ 1 2 3 4 ਤਾਂ 4 ਬੱਚੇ ਨੂੰ ਉਰੇ ਲਗਵਾ ਦਿਓ ਇਸ ਤਰੀਕੇ ਦੇ ਨਾਲ ਆਪਣਾ ਕੋਈ ਵੀ ਛੋਟਾ ਬੱਚਾ ਜਿਹੜਾ ਹੈਗਾ ਉਹ ਸਮ ਨੂੰ ਕੰਪਲੀਟ ਕਰ ਸਕਦਾ ਹੈ ਜਿਵੇਂ ਕਿ ਆਪਾਂ ਤੁਹਾਨੂੰ ਦੱਸੀਏ 3 2 ਕਰ ਦਈਏ 3 5 ਕਰ ਦਈਏ ਇਸ ਨੂੰ ਐਡੀਸ਼ਨ ਕਰਵਾਉਣਾ ਆਪਾਂ ਬੱਚੇ ਨੂੰ ਤਾਂ ਇੱਥੇ 2 ਦਿੱਤਾ ਹੋਇਆ 2 ਲਾਈਨਸ ਡਰਾ ਕਰਵਾ ਲਓ ਬੱਚੇ ਤੋਂ 5 ਦਿੱਤਾ ਹੋਇਆ 5 ਲਾਈਨਸ ਡਰਾ ਕਰਵਾ ਲਓ ਠੀਕ ਹੈ ਉਸ ਤੋਂ ਬਾਅਦ ਬੱਚੇ ਨੂੰ ਕਾਊਂਟਿੰਗ ਕਰਨ ਲਈ ਕਹਿਣਾ 1 2 3 4 5 6 7 ਤਾਂ 7 ਇੱਥੇ ਡਾਲ ਦੇਗਾ ਉਰਲੇ ਪਾਸੇ 3 ਹੈ 3 ਲਾਈਨਸ ਡਰਾ ਕਰਵਾਓ ਉਰਲੇ ਪਾਸੇ 3 ਹੈ ਤਾਂ 3 ਲਾਈਨਸ ਹੋਰ ਡਰਾ ਕਰਵਾਓ ਤਾਂ ਬੱਚੇ ਨੂੰ ਇਹਨੂੰ ਕਾਊਂਟਿੰਗ ਕਰਨ ਨੂੰ ਕਹੋ 1 2 3 4 5 6 ਦਾ ਬੱਚਾ ਉਰੇ 6 ਪਾ ਦੇਗਾ ਇਸ ਤਰੀਕੇ ਦੇ ਨਾਲ ਬੱਚਾ ਜਿਹੜਾ ਹੈਗਾ ਆਰਾਮ ਦੇ ਨਾਲ 2 ਅੱਖਰਾਂ ਦਾ ਜਿਹੜਾ ਐਡੀਸ਼ਨ ਹੈ ਉਹ ਸਿੱਖ ਸਕਦਾ ਹੈ ਕੋਈ ਵੀ ਅੱਖਰ ਦਾ ਐਡੀਸ਼ਨ ਜਿਹੜਾ ਹੈਗਾ 100 ਇਕੁਏਸ਼ਨ ਤੱਕ 37 ਹੈ 37 ਦੇ ਵਿੱਚ ਤੁਸੀਂ ਮੰਨ ਲਓ 56 ਬੱਚੇ ਤੋਂ ਐਡ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਤਾਂ ਤੁਸੀਂ ਬੱਚੇ ਨੂੰ ਕਹੋਗੇ 7 ਲਾਈਨਸ ਡਰਾ ਕਰੋ 1 2 3 4 5 6 7 ਉਸ ਤੋਂ ਬਾਅਦ 6 ਲਾਈਨਸ ਡਰਾ ਕਰੋ 1 2 3 4 5 6 ਹੁਣ ਬੱਚੇ ਨੂੰ ਕਹੋ ਇਸ ਨੂੰ ਕਾਊਂਟਿੰਗ ਕਰੇ ਉਹ 1 2 3 4 5 6 7 8 9 10 11 12 13 13 ਬਣ ਗਿਆ 13 ਬੱਚੇ ਨੂੰ ਪਤਾ ਹੁੰਦਾ ਵੀ ਇਸ ਤਰੀਕੇ ਦੇ ਨਾਲ ਪਏਗਾ ਤਾਂ ਬੱਚੇ ਨੂੰ ਕਹੋ ਕਿ ਪਹਿਲਾਂ ਤੁਸੀਂ 3 ਪਾਉਣਾ ਜਿਹੜਾ 1 ਆ ਗਿਆ 1 ਤੁਹਾਡੇ ਕੋਲੇ ਕੈਰੀ ਆ ਗਿਆ ਉਸ ਨੂੰ ਉੱਪਰ ਲਗਾ ਲਓ ਬੱਚੇ ਨੂੰ ਦੱਸਣਾ ਹੈ ਇਧਰਲੀਆਂ ਸਾਈਡਸ ਵਾਲਾ ਇਧਰਲੀਆਂ ਸਾਈਡਾਂ ਦੀ ਜਿਹੜੀ ਕਾਊਂਟਿੰਗ ਹੈ ਉਹ ਤੁਸੀਂ ਇੱਧਰ ਕਰਵਾਉਣੀ ਹੈ ਜਿਵੇਂ ਉੱਪਰ 1 ਹੈ ਤਾਂ 1 ਲਵਾ ਆਪਣੇ ਕੋਲੇ 3 ਅੱਖਰ ਦਿੱਤਾ ਹੋਇਆ ਤਾਂ ਆਪਾਂ 3 ਲਾਈਨਸ ਲਗਵਾ ਲਾਂਗੇ ਆਪਣੇ ਕੋਲੇ 5 ਦਿੱਤਾ ਹੋਇਆ ਆਪਾਂ 5 ਲਾਈਨਸ ਲਗਵਾ ਲਾਂਗੇ 1 2 3 4 5 ਹੁਣ ਬੱਚੇ ਨੂੰ ਆਪਾਂ ਕਰਾਂਗੇ ਕਾਊਂਟਿੰਗ ਕਰੋ ਇਹ ਕਰੇਗਾ 1 2 3 4 5 6 7 8 9 ਤਾਂ ਇੱਥੇ ਬੱਚੇ ਤੋਂ ਆਪਾਂ 9 ਪਵਾ ਦਾਂਗੇ ਤਾਂ ਬੱਚਾ ਜਿਹੜਾ ਹੈਗਾ ਉਹ ਆਸਾਨੀ ਦੇ ਨਾਲ ਮਤਲਬ ਕਿ ਐਡ ਦੇ ਸਮ ਹੈ ਜਿਹੜੇ ਉਹ ਸਿੱਖ ਸਕਦਾ ਤੁਸੀਂ ਕੋਈ ਵੀ ਕਰਵਾ ਸਕਦੇ ਹੋ 49 ਬੱਚੇ ਨੂੰ ਪਾ ਦਿਓ 89 ਪਵਾ ਦਿਓ ਠੀਕ ਹੈ ਤੁਸੀਂ ਆਪਣੇ ਆਪ ਰਕਮ ਪਵਾਉਣੀ ਹੈ ਕਿਉਂਕਿ ਜੇ ਮੈਂ ਪਾਉਂਗਾ ਤਾਂ ਵੀਡੀਓਜ਼ ਬਹੁਤ ਜ਼ਿਆਦਾ ਲੰਮੀ ਹੋ ਜਾਏਗੀ ਠੀਕ ਹੈ ਤਾਂ ਇਹ 5 ਹੈ ਪੇਰੈਂਟਸ ਬੱਚੇ ਅਤੇ ਇਹ 5 ਆਪਾਂ ਲਾਈਨਸ ਡਰਾ ਕਰਵਾਵਾਂਗੇ 1 2 3 4 5 ਉਸ ਤੋਂ ਬਾਅਦ 9 ਹੈ 9 ਲਾਈਨਸ ਡਰਾ ਕਰਵਾਵਾਂਗੇ 1 2 3 4 5 6 7 8 9 ਤਾਂ ਉਸ ਤੋਂ ਬਾਅਦ ਬੱਚੇ ਨੂੰ ਕਾਊਂਟਿੰਗ ਕਰਵਾਵਾਂਗੇ 1 2 3 4 5 6 7 8 9 10 11 12 13 14
ठीक है 14 बच्चा इस तरीके दे नाल पाएगा तुहाडा ਤਾਂ ਇੱਥੇ ਆਪਾਂ 4 ਲਗਾ ਦਾਂਗੇ ਜਿਹੜਾ 1 ਆਏਗਾ 1 ਬੱਚੇ ਨੂੰ ਕੋਕੀ ਪੁੱਤਰ ਕੈਰੀ ਆ ਗਿਆ ਤਾਂ ਉਹ ਆਪਾਂ 1 ਉਰੇ ਲਗਾ ਦਾਂਗੇ ਉਸ ਤੋਂ ਬਾਅਦ ਆਪਣੇ ਕੋਲੇ ਅੱਧਲੀ ਸਾਈਡ ਤੇ 3 ਅੱਖਰ ਆਂਦੇ ਆ ਪਹਿਲੇ ਆਪਣੇ ਕੋਲੇ 1 ਆਇਆ ਤਾਂ 1 ਲਵਾ ਲਿਆ ਫਿਰ ਉਸ ਤੋਂ ਬਾਅਦ ਆਪਣੇ ਕੋਲੇ 4 ਹੈ 4 ਲਾਈਨਸ ਡਰਾ ਕਰਾਂਗੇ 1 2 3 4 ਉਸ ਤੋਂ ਬਾਅਦ 8 ਹੈ 8 ਲਾਈਨਸ ਡਰਾ ਕਰਾਂਗੇ 1 2 3 4 5 6 7 8 ਹੁਣ ਬੱਚੇ ਨੂੰ ਕਾਊਂਟਿੰਗ ਕਰਵਾਓ 1 2 3 4 5 6 6 7 8 9 10 11 12 13 ਤਾਂ ਇਹ ਬਣ ਜਾਏਗਾ 13 ਤਾਂ ਬੱਚੇ ਨੂੰ ਉਰੇ 13 ਪਵਾ ਦਿਓ ਇਸ ਤਰੀਕੇ ਦੇ ਨਾਲ ਤੁਹਾਡਾ ਬੇਟਾ ਜਿਹੜਾ ਹੈਗਾ ਉਹ ਆਸਾਨੀ ਨਾਲ ਜਲਦੀ ਸਿੱਖ ਸਕਦਾ ਤੇ ਕਲਾਸ ਦੇ ਵਿੱਚ ਉਹ ਵਧੀਆ ਮਾਰਕਸ ਹੈ ਜਿਹੜੇ ਉਹ ਕਲੈਕਟ ਕਰ ਸਕਦਾ ਇਹ ਹੈਗੇ ਐਡੀਸ਼ਨ ਦੇ ਸਮ ਨੈਕਸਟ ਕਲਾਸ ਦੇ ਵਿੱਚ ਤੁਹਾਡੇ ਬੱਚੇ ਨੂੰ ਸਿਖਾਇਆ ਜਾਊਗਾ ਸਬਟ੍ਰੈਕਟ ਦੇ ਸਮ ਤਾਂ ਉਹਦੇ ਵਿੱਚ ਆਪਾਂ ਕਰਾਂਗੇ ਸਬਟ੍ਰੈਕਟ ਦੇ ਸਮ ਅੱਜ ਲਈ ਤੁਹਾਡੇ ਬੱਚੇ ਲਈ ਇੰਨਾ ਹੀ ਬੱਚਿਆਂ ਨੂੰ ਮਤਲਬ ਕਿ ਜੋੜ ਦੇ ਸਮ ਘਰੇ ਬੈਠ ਕੇ ਕਰਵਾਓ ਤੁਸੀਂ ਆਪਣੇ ਆਪ ਹੀ ਦੋ ਰਕਮਾਂ ਦੀ ਐਡੀਸ਼ਨਸ ਹੈ ਜਿਹੜੀ ਉਹ ਬੱਚੇ ਨੂੰ ਪਾਓ ਤੇ ਬੱਚਾ ਇਸ ਤਰੀਕੇ ਦੇ ਨਾਲ ਤੁਹਾਨੂੰ ਕਰਕੇ ਦਿਖਾਏਗਾ ਨੈਕਸਟ ਕਲਾਸ ਦੇ ਵਿੱਚ ਤੁਹਾਨੂੰ 3 ਨੰਬਰਾਂ ਦੀ ਕਾਊਂਟਿੰਗ 3 ਨੰਬਰਾਂ ਦਾ ਐਡੀਸ਼ਨ ਵੀ ਦੱਸਿਆ ਜਾਏਗਾ ਤੇ 4 ਨੰਬਰਾਂ ਤੱਕ ਦਾ ਵੀ ਐਡੀਸ਼ਨ ਦੱਸਿਆ ਜਾਏਗਾ ਅੱਜ ਲਈ ਇੰਨਾ ਹੀ ਵਿਸ਼ ਯੂ ਅ ਵੈਰੀ ਵੈਰੀ ਆਲ ਦਾ ਬੈਸਟ ਜੇਕਰ ਤੁਹਾਨੂੰ ਮੇਰਾ ਤਰੀਕਾ ਪੜਾਉਣ ਦਾ ਪਸੰਦ ਆਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਓਕੇ ਬਾਏ